ਅਸਲਾਮ ਵਾਲੇਕੁਮ ਡਾਕਟਰ ਸਾਹਿਬ। ਵਾਲੇਕੁਮ ਅਸਲਾਮ ਜੀ, ਕੀ ਹਾਲ ਜੀ? ਤੁਸੀਂ ਠੀਕ ਹੋ? ਹਾਂਜੀ, ਤੁਸੀਂ ਸੁਣਾਓ, ਠੀਕ ਹੋ? ਨਹੀਂ ਡਾਕਟਰ ਜੀ, ਕੁਛ ਹੈ ਵੀ ਹੈ, ਕੁਛ ਨਹੀਂ ਠੀਕ ਹੈ। ਤੇ ਤੁਹਾਡੇ ਮੈਨੂੰ ਬਾਰ ਬਾਰ ਆਉਣਾ ਪੈਂਦਾ ਹੈ, ਦਵਾਈ ਕੋਈ ਚੰਗੀ ਦਵੋ ਮੈਨੂੰ, ਮੈਂ ਤਬੀਅਤ ਨਹੀਂ ਸਹੀ ਰਹਿੰਦੀ ਹੈ, ਹਰ ਇੱਕ ਸੁਸਤੀ ਦਿੰਦੀ, ਸਿਰ ਦਰਦਾਂ। ਤੁਹਾਨੂੰ ਨਹੀਂ ਆਹ ਗੱਲ ਨਹੀਂ ਜੀ, ਚੰਗੀ ਹੈ, ਤੁਸੀਂ ਫਿਰ ਮੈਨੂੰ ਧੋਖਾ ਕਰਦੇ ਹੋ। ਉਹ ਤੇ ਫਿਰ ਹੈ। ਅੱਛਾ, ਫਿਰ ਮੈਂ ਡਾਕਟਰ ਬਦਲ ਲੈਣੀ ਆ। ਨਹੀਂ ਡਾਕਟਰ ਤੁਸੀਂ ਬਦਲ ਹੀ ਨਹੀਂ ਸਕਦੇ। ਨਹੀਂ ਬਦਲ ਲੈਣੇ ਸੀ, ਡਾਕਟਰ ਬਦਲ ਲੈਣੇ ਆ। ਤੁਹਾਨੂੰ ਅਸੀਂ ਦਵਾਈਆਂ ਹੀ ਇਸ ਤਰ੍ਹਾਂ ਦੀ ਦੇਣੀਆਂ ਕਿ ਸਾਡੇ ਕੋਲ ਹੀ ਤੁਸੀਂ ਆਣਾ ਮੁੜ। ਅੱਛਾ, ਤੁਸੀਂ ਚੈੱਕ ਤਾਂ ਕਰੋ ਹੁਣ, ਫਿਰ ਮੈਂ ਆਪ ਕਹੀ ਤੁਹਾਡੇ ਕੋਲ ਟੀਕ ਦੋ ਚਾਰ ਵੀ। ਲਓ ਜੀ, ਤੁਹਾਨੂੰ ਅਸੀਂ ਚੈੱਕ ਵੀ ਕਰਨੇ ਆ ਤੇ ਟੀਕਾ ਵੀ ਤੁਹਾਨੂੰ ਅੱਗੇ ਲਾਈਦਾ। ਸੁਸਤੀਆਂ ਤੁਹਾਡੀਆਂ ਤਾਂ ਹੀ ਦੂਰ ਕਰ ਲੈ। ਅੱਜ ਤੋਂ ਬਾਅਦ ਸੁਸਤੀ ਨਹੀਂ ਹੋਈ। ਪਿੱਛੇ ਕੀ ਬਚੇਗਾ? ਤੁਹਾਨੂੰ ਅਸੀਂ ਇੱਕੋ ਵਾਰੀ ਦਵਾਈ ਦੇ ਕੇ ਤੇ ਤੁਹਾਨੂੰ ਜਾਮ ਤੇ ਨਹੀਂ ਨਾ ਕਰਨਾ, ਟੋਰੀ ਵੀ ਤੇ ਰੱਖਣਾ, ਥੋੜਾ ਜਿਹਾ ਪੈਂਡਾ ਕਰਦੇ ਰਹੇ ਬੰਦਾ ਤੇ ਫਿਰ ਸਿਹਤ ਸਹੀ ਰਹਿੰਦੀ। ਵਾਕ ਵੀ ਕਰਿਆ ਕਰੋ, ਸਵੇਰੇ ਉੱਠ ਕੇ ਤੇ ਪੁੱਠੀਆਂ ਸਿੱਧੀਆਂ ਛਾਲਾਂ ਵੀ ਮਾਰ ਲਿਆ ਕਰੋ। ਬੈਡ ਤੇ ਮਾਰ ਦਿਓ ਜਾਂ ਕੋਠੇ ਤੇ ਮਾਰ ਦਿਓ? ਕੋਠੇ ਤੇ ਚੜ ਕੇ ਮਾਰੀ ਦੀਆਂ। ਤੇ ਬੈਡ ਦੇ ਉੱਤੇ? ਬੈਡ ਤੇ ਨਹੀਂ ਮਾਰੀ ਦੀਆਂ ਇਹ। ਅੱਛਾ, ਬੈਡ ਟੁੱਟ ਜਾਂਦਾ ਤੇ ਹੋ ਜੇ ਟੁੱਟ ਗਿਆ ਤੇ ਮੈਂ ਬਣਾ ਕੇ ਦੇ ਦੇਣਾ। ਅੱਛਾ, ਤੁਹਾਨੂੰ ਅਸੀਂ ਵਧੀਆ ਬੈਡ ਬਣਾ ਕੇ ਦੇ ਦਿਆਂਗੇ। ਅੱਛਾ ਡਾਕਟਰ ਸਾਹਿਬ, ਉਹ ਦੱਸੋ ਫਿਰ ਮੈਨੂੰ। ਚਲੋ ਫਿਰ ਲੇਟਰ ਤੁਹਾਨੂੰ ਅਸੀਂ ਚੈੱਕ ਕਰ ਲਈਏ। ਬੈਡ ਬਾਅਦ ਚ ਲੈ ਕੇ ਦੇਣਾ, ਮੈਂ ਦਵਾਈ ਚੰਗੀ ਲੈ ਕੇ ਦੋ। ਦਵਾਈ ਤੁਹਾਨੂੰ ਅੱਜ ਬੜੀ ਵਧੀਆ ਦੇ ਦਿਆਂਗੇ ਤੇ ਫਿਰ ਤੁਸੀਂ ਸਹੀ ਹੋ ਜਾਓਗੇ ਤੇ ਫਿਰ ਆਉਂਦੇ ਜਾਂਦੇ ਰਹੋਗੇ ਨਾ। ਡਾਕਟਰ ਸਾਹਿਬ, ਮੈਂ ਬਹੁਤ ਦੂਰੋਂ ਆਉਂਦੀ ਹਾਂ। ਦੂਰੋਂ ਤੁਸੀਂ ਆਉਂਦੇ ਤੇ ਕਿਰਾਇਆ ਤੁਹਾਨੂੰ ਅਸੀਂ ਦੇ ਦਿਆ ਕਰਾਂਗੇ। ਕਿਰਾਏ ਦੀ ਗੱਲ ਨਹੀਂ ਹੈ, ਗਰਮੀ ਬਹੁਤ ਹੈ। ਤੁਹਾਨੂੰ ਅਸੀਂ ਠੰਡਾ ਟੀਕਾ ਲਾ ਦਿਆਂਗੇ, ਗਰਮ ਨਹੀਂ ਲਾਉਂਦੇ।
ਟੀਕਾ ਉਹ ਨਹੀਂ ਲੱਗੂਗਾ। ਠੰਡਾ ਨਾਲ ਤੁਹਾਨੂੰ ਗਰਮੀ ਨਹੀਂ ਲੱਗੇਗੀ। ਉਹ ਜਾਮਿਸ਼ਰੀ ਵਾਲਾ ਜਾਮਿਸ਼ਰੀ ਤੋਂ ਹੀ ਅੱਛਾ ਲੱਗ ਜਾਏਗਾ। ਅੱਛਾ ਹਾਂ ਪੇਟ ਚ ਦਰਦ ਤਾਂ ਨਹੀਂ ਹੁੰਦੀ? ਹੁੰਦੀ ਡਾਕਟਰ ਸਾਹਿਬ, ਪੇਟ ਚ ਦਰਦ ਹੁੰਦੀ ਮੇਰੇ। ਤੁਹਾਡੇ ਕੋਲ ਦਵਾਈ ਲੈ ਕੇ ਸਾਂ, ਬਾਅਦ ਚ ਫੇਰ ਦਿਹਾੜੀ ਢੰਗ ਸਹੀ ਰਹੀ, ਮੈਂ ਫੇਰ ਦਰਦ ਸ਼ੁਰੂ ਹੋ ਗਈ ਸੀ। ਹੁਣ ਦਰਦ ਹੋਈ ਹੈ? ਨਹੀਂ, ਹੁਣ ਤਾਂ ਨਹੀਂ ਹੁੰਦੀ। ਤੁਹਾਨੂੰ ਫਿਰ ਟੀਕਾ ਲਾਉਂਦੀ ਹੈ? ਟੀਕਾ ਲਾ ਦੋ, ਵੇਖ ਲਓ ਟੀਕੇ ਲਾ ਲਾ ਕੇ ਤੁਸੀਂ ਮੈਨੂੰ ਨਹੀਂ ਛੱਡਿਆ ਕਰਕੇ। ਟੀਕਾ ਲਾਈਏ ਤੇ ਫਿਰ ਤੁਹਾਨੂੰ ਆਰਾਮ ਆਉਂਦਾ? ਮੈਂ ਇਹ ਕਹਿੰਦੀ ਤੁਸੀਂ ਟੀਕੇ ਲਾ ਲਾ ਨਾ। ਇਹ ਟੀਕਾ ਆਮ ਨਹੀਂ, ਇਹ ਸਪੈਸ਼ਲ ਟੀਕਾ ਹੈ। ਉਹ ਤੇ ਕਹਿੰਦੀ ਵੀ ਸੂਈਆਂ ਲਾ ਲਾ, ਤੁਸੀਂ ਮੈਨੂੰ ਨਹੀਂ ਛੱਡਿਆ, ਪਰ ਆਰਾਮ ਮੈਨੂੰ ਨਹੀਂ ਆਉਂਦਾ। ਤੇ ਦਰਦ ਨਹੀਂ ਹੋਈ? ਡਾਕਟਰ ਸਰੀਰ ਦਰਦ ਤੇ ਫਿਰ ਹੁੰਦੀ ਹੈ, ਫਿਰ ਮੈਂ ਕਹਾਂ ਕਿ ਮਿੱਟੀ ਦਾ ਪਤਲਾ ਜਾ ਨਹੀਂ ਆ। ਤੇ ਹੁਣ ਤੁਹਾਡੇ ਕਿਸੇ ਇੱਥੇ ਕਰਕੇ ਹੁੰਦੀ ਦਰਦ? ਦਰਦ ਸਾਰੀ ਹੁੰਦੀ ਪਈ ਹੈ। ਅੱਜ ਤੁਹਾਡੇ ਸਾਰੇ ਦਰਦ ਹੋਣ ਲਈ ਤੁਹਾਨੂੰ ਕਹਿਆ ਨਹੀਂ ਚੰਗੀ ਦਵਾਈ ਦੋ, ਇੱਡੀ ਦੂਰੋਂ ਨਹੀਂ ਮੈਨੂੰ ਚੱਲ ਕੇ ਆਈ ਜਾਂਦਾ। ਤੁਸੀਂ ਚੱਲ ਕੇ ਨਾ ਆਇਆ ਕਰੋ, ਤੁਸੀਂ ਕਿਸੇ ਰਕਸ਼ੇ ਤੇ ਬਹਿ ਕੇ ਆਇਆ ਕਰੋ। ਰਕਸ਼ਾ ਨਹੀਂ ਉਧਰ ਆਉਂਦਾ। ਤੁਸੀਂ ਪੈਦਲ ਤੁਰ ਕੇ ਆਉਂਦੇ, ਤੁਸੀਂ ਨਾਜ਼ੁਕ ਵੀ ਬੜੇ ਹੋ ਗਰਮੀ ਦੇ ਵਿੱਚ, ਤੇ ਫੇਰ ਤੁਹਾਡੀ ਤਬੀਅਤ ਉਦੋਂ ਨੀ ਖਰਾਬ ਹੁੰਦੀ? ਬਹਾਨੇ ਨਾਲ ਆਉਂਦੇ ਹੋ ਪਿੱਛੋਂ ਟੁਰ ਕੇ, ਤੇ ਫਿਰ ਮੈਨੂੰ ਤੁਸੀਂ ਨਵੀਂ ਗੱਲ ਸੁਣਾ ਦਿੰਦੇ। ਮੈਂ ਤੁਹਾਨੂੰ ਸਾਰਾ ਚੈੱਕ ਕਰ ਲਿਆ, ਤੁਹਾਨੂੰ ਕੁਛ ਵੀ ਨੀ ਹੈਗਾ, ਚੰਗੇ ਭਲੇ ਤੁਸੀਂ ਸਹੀ ਹੋ ਗਏ। ਮੈਂ ਤੈਨੂੰ ਕਹਿਣਾ ਇਸ਼ਕ ਹੋਣਾ ਵਾ ਖੁਦਾ ਦਾ ਪੋਖਾ,
ਤੇ ਇੰਨੀ ਦੂਰ ਤੋਂ ਐਵੇਂ ਟੁਰ ਕੇ ਆ ਜਾਂਦੇ ਹੋ ਤੇ ਮੈਂ ਆਪਣੀ ਤਕਲੀਫ ਨੂੰ ਆਨੀ ਕਿ ਮੈਂ ਤੈਨੂੰ ਵੇਖਣ ਆਉਂਦੀ ਹਾਂ ਤੇ ਮੈਂ ਸਾਰਾ ਹੀ ਚੈੱਕ ਕਰ ਲਿਆ ਤੁਹਾਨੂੰ ਆ ਫੇਰ ਕਰ ਲੈਣਾ ਵਾ ਵੇਖ ਮੁਕੰਮਲ ਚੈੱਕਅਪ ਕਰ ਆਮ ਡਾਇਰੈਕਟਰ ਨਿਕਲਣਾ ਹੈ ਕੰਮ ਡਾਇਰੈਕਟਰ ਨਿਕਲਣੇ ਆ ਰਹੀ ਹੈ ਅਰੇ ਕੋ ਹਰ ਸ਼ਾਇ ਬਿਲਕੁਲ ਸਹੀ ਖੁਦਾ ਦਾ ਹੋ ਖਾ ਡਾਕਟਰ ਨਿਕਲਿਆ ਡਾਕਟਰ ਬਣ ਕੇ ਰਹਿ ਨਾ ਮੇਰਾ ਬਣ ਮੈਂ ਅੱਗਿਓ ਪਿੱਛਿਓ ਥੱਲਿਓ ਉੱਤਿਓ ਅੰਦਰੋਂ ਬਾਹਰੋਂ ਸਾਰਾ ਚੈੱਕ ਕਰ ਲਿਆ ਤੈਨੂੰ ਕੋਈ ਬਿਮਾਰੀ ਹੈ ਹੀ ਨੀ ਸਾਰੇ ਜਾਣਦੇ ਬਿਮਾਰੀਆਂ ਤੈਨੂੰ ਲੱਗੀਆਂ ਹੋਈਆਂ ਮੈਂ ਵੀ ਥੋੜੀ ਦੇਰ ਆਰਾਮ ਕਰੋ ਨਾ ਫਿਰ ਤੁਹਾਡੀਆਂ ਫਿੱਟ ਹੋ ਜਾਏਗੀ ਤੇ ਤੁਸੀਂ ਹੁਣ ਨਾ ਇਹ ਤੁਹਾਨੂੰ ਮੈਂ ਗੋਲੀਆਂ ਦੇ ਦੇਣਾ ਠੀਕ ਹੈ ਤਾਂ ਕਿ ਤੁਹਾਨੂੰ ਘਰ ਵਾਲੇ ਵੀ ਨਾ ਕਹਿਣ ਵੀ ਉੱਥੇ ਜਾਂਦੇ ਹੋ ਤੁਸੀਂ ਤਾਂ ਕੋਈ ਸ਼ਾਇਦ ਲੈ ਕੇ ਨਹੀਂ ਆਉਂਦੇ ਲਓ ਇਹ ਤੁਸੀਂ ਗੋਲੀਆਂ ਸੁਬਹਾ ਸ਼ਾਮ ਖਾਣੀਆਂ ਠੀਕ ਹੈ ਅਤੇ ਕੱਲ੍ਹ ਨੂੰ ਫਿਰ ਬਹਾਨਾ ਬਣਾ ਕੇ ਆ ਜਾਇਓ ਭਾਵੇਂ ਅੱਧੀ ਕਿਹੜਾ ਹੁਣ ਤੁਹਾਡੇ ਕੋਲ ਪੈਸੇ ਲੈਣੇ ਪਹਿਲੇ ਦਿਨ ਤੁਸੀਂ ਪੈਸੇ ਦਿੱਤੇ ਸਾਂ ਜਾ ਟਨਕਣੇ ਆ ਤੇਰੇ ਕੰਮ ਹੀ ਟਨਕਣੇ ਆ ਰਹਿੰਦੇ ਨੇ ਮੈਂ ਨੀ ਕੋਤੇ ਕੋ ਆਣਾ ਜਾ